ਬੋਲਣ ਤੇ ਮੈਂ ਬੋਲਾਂਗਾ, ਮੈਨੂੰ ਪਤਾ ਲੱਗੇਗਾ ਇਨਸ਼ਾਅੱਲਾ ਤੁਸੀਂ ਜਾਗ ਕੇ ਬੈਠੇ ਹੋ। ਕੈਸਾ ਵਕਤ ਹੋਵੇਗਾ ਜਦੋਂ ਅੱਗੇ ਅੱਗੇ ਦਾਤਾ ਹਜਵੇ ਹੀ ਹੋਣਗੇ, ਪਿੱਛੇ ਪਿੱਛੇ ਗੁਲਾਮ ਹੋਣਗੇ। ਹਜ਼ਰਤ ਮੁਹਤਰਮ, ਜਿਹਨੂੰ ਜਿਹਦੇ ਨਾਲ ਪਿਆਰ ਹੋਵੇ ਉਹਦਾ ਜ਼ਿਕਰ ਕਰਦਾ ਹੈ। ਦੇਖਣਾ ਹੈ ਵਲੈਤ ਦਾ ਵਜੂਦ ਕੁਰਾਨ ਚ ਹੈ ਕਿ ਨਹੀਂ, ਰੱਬ ਨੇ ਬਲੀ ਦਾ ਜ਼ਿਕਰ ਕੁਰਾਨ ਚ ਕਿਸ ਤਰ੍ਹਾਂ ਕੀਤਾ, ਜਾਂ ਬਲੀ ਜਿਹੜਾ ਸਹੀ ਹੋਵੇ ਉਹਦੀ ਨਿਸ਼ਾਨੀ ਕੀ ਹੈ। ਪਰਵਰਦੀਗਾਰ ਨੇ ਕੁਰਾਨੇ ਪਾਕ ਦੇ ਅੰਦਰ ਵਲੈਤ ਨੂੰ ਕਿਸ ਅੰਦਾਜ਼ ਨਾਲ ਪੇਸ਼ ਫਰਮਾਇਆ। ਮੈਂ ਜਿਹੜੀ ਅੱਜ ਤਕਰੀਮਤ ਤਲਾਵਤ ਕੀਤੀ ਹੈ ਉਹਦੇ ਅੰਦਰ ਖਾਸ ਕੇ ਕਾਇਨਾਤ ਨੇ ਵਲੈਤ ਦਾ ਜ਼ਿਕਰ ਫਰਮਾਇਆ। ਅੱਲਾ ਨੇ ਕਿਹਦਾ ਜ਼ਿਕਰ ਫਰਮਾਇਆ? ਵਲੈਤ। ਡਟ ਕੇ ਬੋਲੋ, ਅੱਲਾ ਨੇ ਕਿਹਦਾ ਜ਼ਿਕਰ ਫਰਮਾਇਆ? ਵਲੈਤ। ਵਲੈਤ ਦਾ ਜ਼ਿਕਰ ਫਰਮਾਇਆ। ਪਰਵਰਦੀਗਾਰ ਫਰਮਾਇਆ, ਇਨਮਾ ਵਲੀਯੁਕੁਮ ਅੱਲਾਹ ਵਰਸੂਲੁਹੁ ਵਲਜ਼ੀਨ ਆਮਨੂ ਲਿਹ। ਮਦਦਗਾਰ ਬਲੀ ਦਾ ਮੈਨਾ ਹੁੰਦਾ ਹੈ ਵਾਰਸ। ਜੇ ਬਲੀ ਦਾ ਮੈਨਾ ਮਦਦਗਾਰ ਕਹੀ ਤੇ ਅੱਲਾ ਬੜਾ ਪਰੇਸ਼ਾਨ ਹੋ, ਅੱਲਾ ਤੁਹਾਡਾ ਮਦਦਗਾਰ, ਰਸੂਲ ਵੀ ਤੁਹਾਡਾ ਮਦਦਗਾਰ ਹੈ। ਉਹ ਮੋਮਨ ਜਿਹੜੇ ਹਾਲ ਤੇ ਰਕੂ ਵਿੱਚ ਜ਼ਕਾਤ ਦਿੰਦੇ ਨੇ ਉਹ ਵੀ ਤੁਹਾਡੇ ਮਦਦਗਾਰ ਨੇ। ਹੁਣ ਇਹ ਐਤ ਕਦੋਂ ਆਈ, ਇਸ ਐਤ ਦਾ ਪਸ ਮੰਦਰ ਕੀ ਹੈ, ਇਸ ਐਤ ਦਾ ਸ਼ਾਨੇ ਨਜ਼ੂਲ ਕੀ ਹੈ, ਕਦੋਂ ਖਾਲ ਕੇ ਕਾਇਨਾਤ ਨੇ ਸਬਾਹ ਦਾ ਜ਼ਿਕਰ ਫਰਮਾਇਆ। ਇੱਕ ਮੰਗਣ ਵਾਲਾ ਮੁਕਸਰ ਜਿਹਾ ਮੈਂ ਜ਼ਿਕਰ ਕਰਕੇ ਅੱਗੇ ਚੱਲਣਾ। ਅੱਜ ਸਿਰਫ ਮੈਂ ਆਰਫਾਂ ਦੇ ਸੁਲਤਾਨ ਦਾ ਜ਼ਿਕਰ ਕਰੂੰਗਾ। ਇੱਥੇ ਦੋਸਤ ਕਹਿ ਰਹੇ ਸਨ ਮੌਕੇ ਦੀ ਮੁਰਾਸਬਤ ਨਾਲ ਬਾਤ ਹੋਣੀ ਚਾਹੀਦੀ ਹੈ। ਅਲਹਮਦੁਲਿਲਾ ਜ਼ਰੂਰ ਸਨ ਬਹੁਦਾ ਤੇ ਅੱਜ ਦਾ ਵੀ ਸੁਲਤਾਨ ਬਹੁਦੀ ਹੋਈ। ਅਲਹਮਦੁਲਿਲਾ ਅਲਾ ਰਸੂਲ ਦੇ ਫਜ਼ਲ ਨਾਲ ਮੰਦਾ ਸਵਾਲ ਕਰਦਾ ਮਸਲ ਨਬੀ ਦੇ ਬੂਹੇ ਦੇ ਅੱਗੇ ਆ ਕੇ ਸਾਹਮਣੇ ਖਲੋ ਗਿਆ ਤੇ ਮਸਲ ਨਬੀ ਦੇ ਬੂਹੇ ਦੇ ਅੱਗੇ ਖਲੋਣ ਲੱਗਾ। ਮੌਲਾ ਕਰੀਮ ਗਵਾਹ ਤੁਸੀਂ, ਮੈਂ ਪੂਰੇ ਮਦੀਨੇ ਵਿੱਚ ਸਵਾਲ ਕਰਦਾ ਰਿਹਾ, ਮੇਰੇ ਕਿਧਰੇ ਸਵਾਲ ਪੂਰਾ ਨਹੀਂ ਹੋਇਆ। ਮੈਂ ਤੇਰੇ ਨਬੀ ਦੀ ਮਸਜਿਦ ਦੇ ਬੂਹੇ ਦੇ ਅੱਗੇ ਖਲੋ ਕੇ ਸਵਾਲ ਪਿਆ ਕਰਨਾ, ਮੌਲਾ ਮੇਰਾ ਸਵਾਲ ਪੂਰਾ ਨਹੀਂ ਹੋਇਆ, ਮੈਂ ਖਾਲੀ ਤੁਰ ਚੱਲਾ ਤੇ ਬਲੀਆਂ ਦਾ ਤਾਜਦਾਰ ਮੁਸ਼ਕਲ ਕੁਸ਼ਾ ਅਲੀ ਨਮਾਜ਼ ਤੇ ਪੜਦੇ ਸਨ। ਮੌਲਾ ਅਲੀ ਨਮਾਜ਼ ਤੇ ਪੜਦੇ ਸਨ ਤੇ ਜਦੋਂ ਹਜ਼ਰਤ ਅਲੀ ਨੇ ਸੁਣਿਆ ਕਿ ਮੇਰੇ ਮਹਬੂਬ ਨੂੰ ਪਿਆ ਤਾਨਾ ਦਿੱਤਾ ਜਾਂਦਾ ਹੈ, ਮੇਰੇ ਕਮਰੀ ਵਾਲੇ ਦੇ ਉੱਤੇ ਇਤਰਾਜ਼ ਕੀਤਾ ਜਾਂਦਾ ਹੈ, ਤੇਰੇ ਨਬੀ ਦੀ ਮਸਜਿਦ ਨੂੰ ਖਾਲੀ ਤੁਰ ਚੱਲਾ, ਨਾਰਾ ਤਕਬੀਰ ਅੱਲਾ ਬਰੀ ਯਾ ਅਲੀ। ਹਜ਼ਰਤ ਅਲਾਮਾ ਮੌਲਾਨਾ ਰਾਸ਼ਿਦ ਮਹਿਮੂਦ ਸਾਹਿਬ ਜ਼ਿੰਦਾਬਾਦ। حضرت محترم توجہ فرماؤ، فرمایا مولا کریم تسی گواہ رہنا تیرے محبوب دی مسجد جو میں خالی چلا گیا۔ حضرت علی اکرم الوجہ کریم دیکھا نہ گیا تے نماز پڑھدیا پڑھدیا حضرت علی نے ایسا کر کے ہاتھ کیتا خالی نہ جا، جاندے جاندے علی دی انگوٹھی لئی جا، جاندے جاندے علی دی ولایت بڑی پرانی ہے، ولایت کا وجود خال کے کائنات نے اتوں کا ذکر فرمایا۔ حضرات توجہ فرمانا، چلن دو حضرات، اسی اہل سنت و جماعت ولیوں نو ماننے ہیں جیہدا ذکر اللہ قرآن چ کردا ہے، جیہدا ذکر اللہ جنو قرآن ولی آکھے اونوں اسی ولی مننے ہیں۔ جنوں قرآن ولی آکھے اونوں اسی ولی مننے ہیں۔ خالق کے کائنات نے اپنے محبوبہ دا ذکر کس انداز نال فرمایا، اللہ دا قرآن سنو، پتا لگ جائے گا رب نے ولیاں دیاں شاناں کنیاں کو بلند فرمائیاں۔ اللہ نے نشانی دسی میرے ولی دی، نشانی کی ہے؟ پروردگار نے فرمایا والذین یبیتون لربهم سجدا وقیاما۔ ایک اللہ دے بندے دی نشانی ہے، فرمایا میرے جڑے بندے نے ساری ساری رات سجدے تے قیامت دی گواہ چھڑ دے، میرے جڑے بندے نے ساری ساری رات سجدے تے قیامت دی گواہ چھڑ دے۔ پھر پروردگار فرمایا ایمان والو، انہی گل یاد رکھا جی اللہ بڑے پیار نال گل پیا کردا ایمان
سی اللہ نے کسے نو انج نہیں بلایا ایمان والو کسے نو اللہ فرمایا یا قوم موسیٰ یا قوم عیسیٰ یا قوم ابراہیم یا قوم نوح ادو کملیم والدی امت واری آ گئی پروردگار بڑے پیارا فرماندا پیا یو الذین یعملون ایمان والو سچ رنگ سرات مستقیم